ਸਵਾਗਤ ਹੈ ਕੁਆਲਿਫਾਇਰ ਤੁਹਾਡੇ ਆਪਣੇ ਚੈਨਲ ਐਜੂਮੈਟਿਕੀ ਸੋਲੂਸ਼ਨ ਤੇ ਮੈਂ ਤੁਹਾਡਾ ਦੋਸਤ ਵਿਰਿੰਦਰ ਲੈ ਕੇ ਆਉਣਾ ਹਾਂ ਹਰ ਉਸ ਤਮੀਆਂ ਤੇ ਤਾਜ਼ਾ ਅਪਡੇਟ ਅੱਜ ਕਰਾਂਗੇ ਆਫਿਸ ਆਫ ਡਿਸਟ੍ਰਿਕਟ ਸੈਸ਼ਨ ਜੱਜ ਫਰੀਦਕੋਟ ਦੇ ਵਿੱਚ ਜਿਹੜੀਆਂ ਪੋਸਟਾਂ ਆਈਆਂ ਹੋਈਆਂ ਨੇ ਉਹਨਾਂ ਬਾਰੇ ਤੇ ਪਹਿਲਾਂ ਤੁਸੀਂ ਇਹ ਪਰਫਾਰਮਾ ਸਾਰਾ ਅਪਲਾਈ ਕਰਨਾਗਾ ਪੋਸਟਾਂ ਕਿਹੜੀਆਂ-ਕਿਹੜੀਆਂ ਨੇ ਕਲਰਕ ਦੀਆਂ ਨੇ ਜੀ 14 ਪੋਸਟਾਂ ਨੇ ਜਿਨ੍ਹਾਂ ਦੇ ਵਿੱਚ ਫਿਕਸਡ ਮੰਥਲੀ ਸੈਲਰੀ ਦਿੱਤੀ ਜਾਊਗੀ 12277 ਗ੍ਰੈਜੂਏਸ਼ਨ ਕੋਈ ਵੀ ਹੋਵੇ ਤੁਹਾਡੀ ਸਟੈਨੋਗ੍ਰਾਫਰ ਦੀਆਂ 7 ਪੋਸਟਾਂ ਨੇ ਫਿਕਸਡ ਮੰਥਲੀ 10300 ਤੋਂ 34800 ਤੱਕ ਡਿਗਰੀ ਬੀਏ ਵੀਐਸਸੀ ਤੇ ਕੰਪਿਊਟਰ ਦੀ ਤੁਹਾਨੂੰ 20 ਬਾਰਡਮੈਂਟ ਪਰ ਜਿਹੜੀ ਤੁਹਾਡੀ ਸਪੀਡ ਹੋਵੇ ਜਾਨਕੀ ਉਹਨਾਂ ਦੀ ਨੌਲੇਜ ਹੋਵੇ ਲਿਫਟ ਆਪਰੇਟਰ ਦੇ ਵਿੱਚ 6 ਪੋਸਟਾਂ ਨੇ ਕੰਟਰੈਕਟ بیس ਤੇ ਨੇ ਡੀਸੀ ਰੇਟ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਅਕੋਰਡਿੰਗ ਦਿੱਤਾ ਜਾਊਗਾ ਜੀ 10ਵੀਂ ਤੋਂ ਡੀਤੇ ਨਾਲ ਆਈਟੀਆ ਇਲੈਕਟ੍ਰੀਸ਼ੀਅਨ ਦੀ ਤੁਹਾਡੀ ਹੋਣੀ ਚਾਹੀਦੀ ਹੈਗੀ ਐਲੀਜੀਬਲ ਕੈਂਡੀਡੇਟ ਨੇ ਜਿਹੜੇ ਅਪਲਾਈ ਕਰ ਸਕਦੇ ਨੇ ਲਾਸਟ ਡੇਟਾ ਜਿਹੜੀ ਕਪੂਰਥਲਾ ਦੇ ਵਿੱਚ ਬਾਇਓ ਡਾਟਾ ਸੈਂਡ ਕਰਨ ਦੀ ਤੁਸੀਂ ਜਿਹੜੇ ਜੋਬ ਲੈਣੀ ਆ ਤਾਂ ਉਹ ਹੈਗੀ 28 1 2021 5 ਵਜੇ ਤੱਕ ਤੁਸੀਂ ਆਪਣਾ ਸਾਰਾ ਫਾਰਮ ਭਰ ਕੇ ਇਹਨਾਂ ਦੇ ਬਾਇ ਹੈਂਡ ਜਾਂ ਪੋਸਟ ਪਾ ਸਕਦੇ ਹੋਗੇ ਹੋਰ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਬਹੁਤ ਤੋਂ ਵੱਧ ਕਰੋ ਤਾਂ ਕਿ ਹਰ ਇੱਕ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਏ ਉਮਰ ਦੀ ਗੱਲ ਕਰੀਏ 18 ਤੋਂ ਤੁਹਾਡੀ 35 ਸਾਲ ਹੋਣੀ ਚਾਹੀਦੀ ਹੈ ਕੋਈ ਵੀ ਆਈਡੀ ਪ੍ਰੂ ਤੇ ਪੰਜਾਬੀ ਤੁਹਾਡੀ ਲਾਜ਼ਮੀ ਹੋਣੀ ਚਾਹੀਦੀ ਹੈ 10ਵੀਂ ਦੇ ਵਿੱਚ ਹੋਰ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਥੈਂਕ ਯੂ